ਅਸਲਾਮ ਅਲੈਕੁਮ ਜੀ। ਅਸੀਂ ਆਪ ਪਹੁੰਚਾਂ ਜੀ ਬਹਾਵਲਪੁਰ ਰੇਲਵੇ ਸਟੇਸ਼ਨ। ਬੜਾ ਖੂਬਸੂਰਤ ਅੰਦਾਜ਼, ਬੜੀ ਖੂਬਸੂਰਤ ਤਾਮੀਰ ਔਰ ਬਹੁਤ ਹੀ ਸਾਫ਼ ਸੁਥਰਾ। ਕਿਆ ਬਾਤ ਹੈ ਜੀ, ਕਿਆ ਤਰਜ਼ ਤਾਮੀਰ, ਮਜ਼ਾ ਆ ਗਿਆ। ਰੇਲਵੇ ਸਟੇਸ਼ਨ ਇਤਨਾ ਖੂਬਸੂਰਤ ਮੇਰੇ ਖਿਆਲ ਪੂਰੇ ਪਾਕਿਸਤਾਨ ਹੈ ਜੀ ਨੋ ਸੀ। ਕਿਆ ਬਾਤ ਹੈ, ਸਿਰਫ ਨਕਸ਼ਾ ਵੇਖੋ, ਖੂਬਸੂਰਤ ਤਾਮੀਰ ਵੇਖੋ ਜੀ। ਇਹ ਅੰਦਰੂਨੀ ਹਿੱਸਾ ਜੀ, ਬੜੀ ਸਫਾਈ। ਜੈਸੀ ਅਸੀਂ ਪਹੁੰਚਾਂ ਜੀ, ਟ੍ਰੇਨ ਪਹੁੰਚ ਗਈ ਔਰ ਬੜਾ ਖੂਬਸੂਰਤ ਮੰਜ਼ਰ। ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਪਰੇਸ਼ਾਨ ਹੈ, ਕੋਈ ਉਦਾਸ ਹੈ, ਕੋਈ ਖੁਸ਼ ਹੈ, ਕੋਈ ਜਾਣ ਵਾਲੇ ਪਰੇਸ਼ਾਨ ਅਤੇ ਆਉਣ ਵਾਲੇ ਖੁਸ਼। ਕਿਆ ਬਾਤ, ਬੜਾ ਜ਼ਬਰਦਸਤ ਨਿਜ਼ਾਮ, ਬੜਾ ਜ਼ਬਰਦਸਤ ਸੀ ਨਾ ਜਾ ਰਹੇ ਜੀ। ਭਾਈ ਹੋਰੀ ਮਿਲ ਕੇ ਅਲਵਿਦਾ ਕਰਕੇ ਭਾਈ ਹੋਰੀ ਨੂੰ ਆਪਣੀ ਸੀਟ ਲੈਣੇ ਪੈਣ। ਟ੍ਰੇਨ ਨੇ ਅੰਦਰ ਨਾ ਮੰਜ਼ਰ ਜੀ, ਮੋਬਾਈਲ ਨਾਲ ਆਪਣਾ ਟਾਈਮ ਗੁਜ਼ਾਰੀ ਕਰੇ ਨੇ। ਅਸੀਂ ਵੀ ਆਖਾ ਵੀਡੀਓ ਅਸੀਂ ਵੀ ਆਪਣੀ ਬਣਾ ਕੇ ਨਾ ਕਦੇ ਰਹਿ ਨਾ ਵਜਾਂ। ਅਤੇ ਇਸ ਤੋਂ ਬਾਅਦ ਤੁਸਾਂ ਵੇਖਿਆ ਨਾ ਅੰਦਰ ਮੁਸਾਫਰਾਨੀ ਸੂਰਤ ਹਾਲ ਹੈ ਜੀ। ਉੱਥੇ ਬਰਥ ਬਣੇ ਹੋਏ ਅਲੱਗ ਅਲੱਗ, ਇਹ ਫੈਮਿਲੀ ਅਲੱਗ ਆ, ਇਹਨਾਂ ਆਪਣਾ ਪਰਦਾ ਲਾ ਲਿਆ। ਇਸ ਤੋਂ ਬਾਅਦ ਜੀ ਬਾਹਰ, ਕਿਉਂਕਿ ਇੱਥੇ ਤਕਰੀਬਨ 10 ਮਿੰਟ ਸਟੇ ਹੈ ਟ੍ਰੇਨ ਨਾਲ। ਅਸੀਂ ਆ ਗਏ ਜੀ ਪੁਲ 'ਤੇ, ਜਦਣ ਵੀ ਬਹਾਵਲਪੁਰ ਨਾ ਚੱਕਰ ਲੱਗੇ ਜੀ, ਰੇਲਵੇ ਸਟੇਸ਼ਨ ਜ਼ਰੂਰ ਵੇਖਣਾ। ਮਜ਼ਾ ਸੀ ਰੇਲਵੇ ਸਟੇਸ਼ਨ ਵੇਖ ਕੇ, ਘੁੰਮ ਕੇ ਔਰ ਖਸੂਸਨ ਉਸ ਵਕਤ ਜਿਸ ਵੇਲੇ ਕੋਈ ਮਾਲ ਗਾੜੀ ਨਹੀਂ, ਪਬਲਿਕ ਜਿਹੜੀ ਐਵੇਨ ਰੇਲ ਉਹ ਆਈ ਵੀ ਹੋਵੇ ਸਵਾਰੀ ਵਾਲੀ, ਬਸ ਮਜ਼ਾ ਆਵੇ ਸੀ। ਟੂਟੀਆਂ ਲੱਗੀਆਂ ਪਾਣੀ ਸ਼ਾਣੀ ਮੁਸਾਫਰ ਵਾਸਤੇ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ। ਖੂਬਸੂਰਤ 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 ਲਾਗਤ ਸਾਹਿਬ ਇੰਤਜ਼ਾਰ ਪਕੜੇ ਨੇ ਜੀ, ਇੱਕ ਟ੍ਰੇਨ ਵੇਖਣੀ, ਮਾਲ ਗਾੜੀ ਆ ਗਈ ਜੀ। ਔਰ ਤੁਸੀਂ ਵੇਖੋ ਬਾਈ ਇਸ 'ਚ ਕਿਤਨਾ ਮਾਲ ਜਾ ਰਿਹਾ ਔਰ ਇਹ ਕਿਤਨੀ ਸਸਤੀ ਸਵਾਰੀ ਯਾਰ। ਅੱਲਾ ਪਾਕ ਹਦਾਇਤ ਦੇਵੇ ਸਾਡੇ ਸਾਰਿਆਂ ਵੱਡਿਆਂ ਜਿਹੜੇ ਸਾਡੇ ਸਭ ਇਖਤਿਆਰ ਹਨ। ਬੜੀ ਸੜਕ ਸਵਾਰੀ ਔਰ ਸਸਤੀ ਸਵਾਰੀ ਰੱਖਣ ਲਈ ਜਾ ਖਸਾਰੇ 'ਚ ਨਹੀਂ। ਅੱਲਾ ਪਾਕ ਇਸ ਮੁਲਕ ਸਾਡੇ ਪਾਕਿਸਤਾਨ ਸਲਾਮਤ ਰੱਖੇ, ਜਿਹੜੇ ਸਭ ਇਖਤਿਆਰ ਨੇ ਨਾ ਹਦਾਇਤ ਦੇ। ਹੈਲੋ, ਔਰ ਇਹ ਜੀ ਸੁਕਨਾ ਮੰਨਾ ਹੈ ਜੀ, ਖਿਲਾਫਵਰਜ਼ੀ ਕਰਨ ਵਾਲੇ ਕੋ 2000 ਰੁਪਏ ਜੁਰਮਾਨਾ ਕੀਆ ਜਾਏਗਾ, ਬਸੂਰਤ ਦੀਗਰ ਹਵਾਲਾ ਹੈ, ਪੁਲਿਸ ਕਰ ਦਿਆ ਜਾਏਗਾ। ਬੜੀ ਗੱਲ ਹੈ ਜੀ, ਬੜੀ ਗੱਲ ਹੈ। ਅੱਜ ਅਸੀਂ ਆਏ ਹੋਏ ਹਾਂ ਜੀ ਬਹਾਵਲਪੁਰ ਰੇਲਵੇ ਸਟੇਸ਼ਨ 'ਤੇ ਔਰ ਇਹ ਰੇਲਵੇ ਸਟੇਸ਼ਨ ਵੇਖ ਕੇ ਮਜ਼ਾ ਆਇਆ। ਇਸਨੀ ਸਫਾਈ, ਇਸਨੀ ਬਿਲਡਿੰਗ ਦੀ ਤਾਮੀਰ, ਇਹ ਰੇਲਵੇ ਸਟੇਸ਼ਨ ਕੰਮ ਕਿਸੇ ਨਵਾਬ ਦਾ ਮਾਲ ਜ਼ਿਆਦਾ ਲੱਗਣਾ। ਹਕੀਕਤ ਸਫਾਈ ਵੇਖੀ ਤਾਂ ਮਜ਼ਾ ਆਇਆ, ਉਸ ਤੋਂ ਬਾਅਦ ਬਿਲਡਿੰਗ ਵੇਖੀ ਤਾਂ ਮਜ਼ਾ ਆਇਆ,
ਤੇ ਉਸ ਤੋਂ ਬਾਦ ਮੈਂ ਤੁਸਾਂ ਕੋ ਮੇਰੇ ਨਾਲ ਲੇਖਕ ਤਮਾਨ ਸਾਹਿਬ ਨੇ ਸੀਨੀਅਰ ਸਾਹਿਬ ਵੀ ਤਲਾ ਗੰਗ ਨੇ ਇਹਨਾਂ ਨੇ ਮੈਂ ਤੁਸਾਂ ਜਿਹੜਾ ਇਜ਼ਹਾਰ ਖਿਆਲ ਹੈ ਉਹ ਵੀ ਸੁਣਾ ਲਓ। ਹਾਂਜੀ ਅਮਾਨ ਸਾਹਿਬ ਸੁਣਾਓ, ਮਜ਼ਾ ਆਇਆ ਰੇਲਵੇ ਸਟੇਸ਼ਨ ਬਹਾਵਲਪੁਰ ਵੇਖ ਕੇ? ਮਜ਼ਾ ਆਇਆ ਜੀ ਜ਼ਬਰਦਸਤ, ਯਕੀਨ ਕਰੋ ਬਈ, ਇੱਕ ਤਾਂ ਇਤਨੀ ਸਫਾਈ, ਇਤਨਾ ਖੂਬਸੂਰਤ ਰੇਲਵੇ ਸਟੇਸ਼ਨ, ਔਰ ਮਜ਼ੇ ਦੀ ਗੱਲ ਇਹ ਵੇ ਬਈ, ਅਗਰ ਗੌਰਮੈਂਟ ਤਵੱਜੋ ਦੇਵੇ ਇਤਨੀ ਬਿਹਤਰੀਨ ਹੀ ਸਵਾਰੀ, ਇਤਨੀ ਬਿਹਤਰੀਨ ਸਵਾਰੀ, ਔਰ ਇਤਨਾ ਇਸ ਤੋਂ ਮੁਨਾਫਾ, ਔਰ ਇਤਨੀ ਜਨਾਬ ਨੇ ਜ਼ਰੇ ਮੁਬਾਦਲਾ ਕਮਾਇਆ ਬਣ ਸਕਦਾ ਜਿਸਨੇ ਹਿਸਾਬ ਹੀ ਕੋਈ। ਅਗਰ ਗੌਰਮੈਂਟ ਐਸੇ ਚਾਹੀ ਨਾ ਬਈ, ਜਿਹੜੀ ਇੰਡਸਟਰੀ ਵੇ ਰੇਲਵੇ ਵਾਲੀ ਇਸ ਤਵੱਜੋ ਦੇਵੇ, ਔਰ ਇਸਦੀ ਬਿਹਤਰੀ ਦੇ ਜ਼ਰੂਰ ਜਨਾਬ ਇਕਦਾਮ ਹੋਣੇ ਚਾਹੀਦੇ। ਇਸ ਤੋਂ ਬਾਅਦ ਜੀ ਅਸੀਂ ਵਾਪਸੀ ਨਾ ਸਫ਼ਰ ਸ਼ੁਰੂ ਕਰਸਾਂ। ਇਸ ਤੋਂ ਬਾਅਦ ਅਗਲਾ ਵਿਲਾਗ ਤੁਸੀਂ ਵੇਖ ਸੋ ਇਨਸ਼ਾਅੱਲਾ ਫਰੀਦ ਗੇਟ ਨਾ, ਉੱਥੇ ਅਸੀਂ ਫੂਡ ਸਟਰੀਟ ਵਸਾਂ, ਬਾਜ਼ਾਰ ਵਸਾਂ, ਅਤੇ ਤੁਸੀਂ ਨਾਲ ਰਹਿਣਾ। ਇਸ ਤੋਂ ਬਾਅਦ ਇਜਾਜ਼ਤ ਮੰਗਸਾਂ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।